कबड्डी 75 किलो भार वर्ग का ਸਪਰੇ ਗਰਾਊਂਡ ਦੇ ਵਿੱਚ ਭੇਜੀ ਦੀ ਬਾਡੀ ਸਪਰੇ ਨੂ ਸਪਰੇ ਗਰਾਊਂਡ ਦੇ ਵਿੱਚ ਪਾਣੀ ਦੀ ਕਰ ਦਿਓ ਪ੍ਰਬੰਧਕ ਵੀਰ ਜਲਦੀ ਮੈਚ ਕਰਾਓ ਜੀ ਫਾਈਨਲ ਮੈਚ ਜਲਦੀ ਜਿਹੜਾ ਮੈਚ ਸਟਾਰਟ ਕਰਾਓ ਫਾਈਨਲ ਮੁਕਾਬਲਾ ਫਾਈਨਲ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ
75 ਕਿਲੋ ਭਾਰ ਵਰਗ ਦਾ ਦੂਸਰੇ ਸ਼ਾਨਦਾਰ ਕਬੱਡੀ ਖੇਡ ਮੇਲੇ ਦਾ ਫਾਈਨਲ ਮੁਕਾਬਲਾ ਖਾਰਾ ਵਰਸਜ ਹਸਨ ਪੱਟੀ ਦੋਨੋਂ ਟੀਮਾਂ ਜ਼ਿਲ੍ਹਾ ਫਰੀਦਕੋਟ ਦੀ ਖਾਰੇ ਦੀ ਟੀਮ ਜਿਹੜੀ ਖੇਡਦੀ ਬਾਬਾ ਜੀ ਦੀ ਜਗ੍ਹਾ ਵਾਲੀ ਸਾਈਡ ਆ ਪਹਿਲੀ ਕਬੱਡੀ ਗੋਰੇ ਖਾਰੇ ਵਾਲੇ ਨੇ ਪਾ ਦਿੱਤੀ ਆ ਉਧਰ ਹਸਨ ਪੱਟੀ ਵਾਲੇ ਸੋਨੇ ਨੇ ਟਰਾਈ ਕੀਤੀ ਪਰ ਪੁਆਇੰਟ ਜਿਹੜਾ ਗੋਰਾ ਇਸ ਵੇਲੇ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਚੱਲ ਵੀ ਗੱਭਰੂ ਪਾ ਵੀ ਕਬੱਡੀ ਇਸ ਵੇਲੇ ਨਾਲ ਵੱਧ ਕੇ ਕਬੱਡੀ ਪਾਉਂਦਾ ਹੋਇਆ ਅਮਨ ਵੀ ਚੰਨਾ ਵਾਲਾ ਵੱਧ ਕੇ ਕਬੱਡੀ ਪਾ ਰਿਹਾ ਇਸ ਵੇਲੇ ਕਹਿੰਦੇ ਵੀ ਚਾਰ ਇੱਕ ਕੰਨੀ ਦੇ ਉੱਪਰ ਰਵੀ ਸਾਹੋ ਦੀ ਧਰਤੀ ਦਾ ਨਾਲ ਟੋਨੀ ਖਾਰੇ ਦਾ ਨਾਲ ਮੈਂ ਦੇਖ ਲਿਆ ਵੀ ਰਾਮ ਔਰ ਬੂਟਾ ਕਿਹੜਾ ਜਾਫੀ ਉਧਰ ਪੁਆਇੰਟ ਜਿਹੜਾ ਧਾਵੀ ਦਾ ਅੰਕ ਰੇਟਰ ਦੇ ਹਿੱਸੇ ਚੰਨਾ ਵਾਲਾ ਤੈਨੂੰ ਪੁਆਇੰਟ ਮਿਲ ਗਿਆ ਤੂੰ ਵਾਪਸ ਆ ਜਾ ਆਪਣੇ ਪਾਲੇ ਚੱਲ ਵੀ ਗੱਭਰੂ ਪਾ ਵੀ ਕਬੱਡੀ ਹਰਦੀਪ ਅਗਲੀ ਰੇਟਾਂ ਦੇ ਅੰਦਰ ਲਾ ਦੇਖ ਲੈ ਵੀ ਫਾਈਨਲ ਮੈਚ ਵੀ ਹੋਇਆ ਫਾਈਨਲ ਮੈਚ ਤੇ ਜ਼ੋਰ ਦਿਖਾਏ ਪੱਪੂ ਨੇ ਢੇਰੀਆਂ ਕੋਲੇ ਜਾ ਕੇ ਰੇਟਰ ਢਾਏ ਪੱਪੂ ਨੇ ਵੇਂਦੇ ਸੀਗੇ ਲੋਕੀ ਸਾਰੇ ਸਰਬਜੀਤ ਸਿੰਘ ਜਦੋਂ ਚੰਨੇ ਆਲਮਗੀਰ ਨੇ ਡਾਲਰ ਪਾਉਣ ਸੀ ਬਾਰੇ ਨਾ ਰੱਖਿਆ ਚਿੱਤ ਕਰਾਣਾ ਦਾ ਸੱਚੀ ਘਾਟਾ ਪਾ ਗਿਆ ਉਹ ਮਾਂ ਖੇਡ ਕਬੱਡੀ ਨੂੰ ਯਾਰ ਉਪਤ ਵਾਕੀ ਵੱਡੇ ਘਾਟੇ ਪਏ ਮੇਰੀ ਵੀਡੀਓ ਖੇਡ ਕਬੱਡੀ ਜਗ ਤੂੰ ਹਰਜੀਤ ਬਾਜਾ ਖਾਨਾ ਦੇ ਰੂਪ ਵਿੱਚ ਲਓ ਖੇਡ ਮੈਦਾਨ ਦੀ ਚ ਫਿਰ ਇਸ ਵੇਲੇ ਪਾਈ ਹੀ ਦੇਣ ਕਹਿੰਦੇ ਵੀ ਉਧਰਲੇ ਪਾਸੇ ਸ਼ਫੀ ਲਓ ਤਰਨ ਤਰ ਦਾ ਏਰੀਆ ਔਰ ਦੇਖਣਾ ਵੀ ਨਾਲ ਹੀ ਰਵੀ ਨਲਦਨ ਸਾਹੋ ਵਾਲਾ ਲਾ ਦਫਾ ਆਪਣੀ ਟੀਮ ਦੇ ਲਈ ਅੰਕ ਦਾ ਵਾਧਾ ਕਰਦਾ ਹੋਇਆ ਇੱਕ ਅੰਕ ਦਾ ਵਾਧਾ ਕੀਤਾ ਆਪਣੀ ਟੀਮ ਦੇ ਲਈ ਰਵੀ ਨਾਮ ਹੈ ਸਾਹੋ ਪਿੰਡ ਅੱਜ ਪੁੱਤਮਾਨ ਖੇਡਦਾ ਮੇਰੀ ਵੀਡੀਓ ਖਾਰੇ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਆਪਣੀ ਟੀਮ ਦੇ ਲਈ ਇਧਰਲੇ ਪਾਸੇ ਦੇਖ ਲੈ ਵੀ ਨਲਦਨ ਖਾਰੇ ਦੀ ਤਰਫੋਂ ਅਗਲੀ ਕਬੱਡੀ ਵੱਧ ਕੇ ਪਾ ਦਿੱਤੀ ਆ ਲਓ ਜਨੇਰਾ ਵਾਲਾ ਕਹਿੰਦੇ ਰਮਣਾ ਵੱਧ ਕੇ ਕਬੱਡੀ ਪਾਉਂਦਾ ਮੇਰੀ ਵੀਰੋ ਅੱਜ ਖਾਰੇ ਦਾ ਪੁੱਤ ਬਣ ਖੇਡਦਾ ਰਮਣਾ ਜਨੇਰਾ ਦੀ ਧਰਤੀ ਦਾ ਉਧਰਲੇ ਪਾਸੇ ਹਸਨ ਪੱਟੀ ਵਾਲਾ ਸੋਨਾ ਜੱਸਾ ਲਓ ਦੇਖ ਲੈ ਵੀ ਕਲਜੀਤਾ ਔਰ ਪੁਆਇੰਟ ਜਿਹੜਾ ਸੋਨੇ ਦਾ ਅੰਕ ਜਾਫੀਏ ਦੇ ਹਿੱਸੇ ਗੀਤਾ ਕੋਟ ਕਰੋੜ ਦਾ ਫੈਸਲਾ ਕਰਦਾ ਹੋਇਆ ਚੱਲ ਵੀ ਗੱਭਰੂ ਪਾ ਵੀ ਕਬੱਡੀ ਇਸ ਵੇਲੇ ਚੰਨਾ ਵਾਲਾ ਅਮਨ ਅਗਲੀ ਕਬੱਡੀ ਫਿਰ ਲਾਈ ਹੱਥਾਂ ਨੂੰ ਕਲੀ ਤੇ ਕਰੇ ਵਾਲਾ ਪਲੀ ਜਾਨੀ ਰੇਡ ਦੇ ਉੱਪਰ ਚੱਲੀ ਆ ਨਾਲ ਕੱਛਾ ਚਿੱਟੀਆਂ ਨੇ ਧਾਰੀਆਂ ਕਿਹੜੇ ਗੱਭਰੂ ਦੇ ਨਾਲ ਕਰਦਾ ਹੁਣ ਮਲਾ ਜਦਾਰੀਆਂ ਲਓ ਦੇਖ ਲੈ ਵੀ ਉਧਰਲੇ ਪਾਸੇ ਰਵੀ ਦੇ ਨਾਲ ਜਾਂ ਫਿਰ ਟੋਨੀ ਦੇ ਨਾਲ ਦੇਖ ਲੈ ਵੀ ਉਧਰ ਰਾਮ ਖਾਰੇ ਵਾਲੇ ਦੀ ਕੱਢੀ ਹੋਈ ਖੁੱਚਾ ਬੱਜੀ ਪੱਤਾਂ ਨੂੰ ਖਿੱਚ ਲੱਗਾ ਜੋਰ ਔਰ ਬੱਜੀ ਹੋਈ ਕੈਂਚੀ ਖੇਡ ਮੈਦਾਨ ਦੇ ਅੰਦਰ ਦੇਖ ਲੈ ਵੀ ਪੁਆਇੰਟ ਜਿਹੜਾ ਰਾਮ ਇਸ ਵੇਲੇ ਖਾਰੇ ਦੀ ਧਰਤੀ ਦਾ ਆਪਣੀ ਟੀਮ ਦੇ ਹਿੱਸੇ ਹੋਇਆ ਚੱਲ ਵੀ ਗੱਭਰੂ ਪਾ ਵੀ ਕਬੱਡੀ ਉਧਰਲੇ ਪਾਸੇ ਗੋਰੇ ਦੀ ਕਬੱਡੀ ਛੋਲੇ ਪੱਬਾਂ ਦੇ ਨਾਲ ਵਧਿਆ ਉਧਰ ਦੇਖ ਲੈ ਵੀ ਸੋਨੇ ਨੇ ਕੀਤੀ ਟਰਾਈ ਪਰ ਪੁਆਇੰਟ ਜਿਹੜਾ ਧਾਵੀ ਦਾ ਅੰਕ ਰੇਟਰ ਦੇ ਹਿੱਸੇ ਦੇ ਵਿੱਚ ਆ ਜੁੜਿਆ ਲਓ ਇੱਧਰ ਅਗਲਾ ਧਾਵਾ ਖੇਡ ਮੈਦਾਨ ਦੇ ਵਿੱਚ ਸ਼ਫੀ ਆਖਦੇ ਮੇਰੀ ਵੀਡੀਓ ਤਰਨ ਤਰਨ ਏਰੀਆ ਖੜਕੇ ਦੀ ਧਰਤੀ ਦਾ ਵੱਧ ਕੇ ਕਬੱਡੀ ਪਾਉਣਾ ਹੋਇਆ ਸਫੀ ਇਸ ਵੇਲੇ ਵੱਧ ਚੁੱਕਿਆ ਅੱਜ ਪੁੱਤ ਬਣ ਖੇਡਿਆ ਕਹਿੰਦੇ ਵੀ ਹਸਨ ਪੱਟੀ ਦਾ ਜ਼ਿਲ੍ਹਾ ਫਰੀਦਕੋਟ ਦੇ ਲਈ ਕਹਿੰਦੇ ਵੀ ਕਬੱਡੀਆਂ ਪਾ ਦਿੱਤੀ ਆ ਉਧਰਲੇ ਪਾਸੇ ਦੇਖੋ ਜੀ ਮੁੰਡੇ ਦੀ ਹਲਕੀ ਸੱਟ ਆ ਦੇਖੋ ਨਾਗਨ ਨੂੰ ਪਾਣੀ ਦਿਓ ਬਾਬਾ ਜੀ ਭੱਜ ਕੇ ਪਾਣੀ ਦਿਓ ਪਲੇਅਰ ਨੂੰ ਉਧਰ ਹਲਕੀ ਸੱਟ ਹੈ ਪਲੇਅਰ ਦੇ ਪਰਮਾਤਮਾ ਮੇਰ ਕਰੇ ਵੀ ਜਾਲਾ ਸੱਟ ਨਾ ਹੋਵੇ ਇਸ ਤੋਂ ਬਾਅਦ ਫਾਈਨਲ ਮੈਚ ਕਬੱਡੀ ਓਪਨ ਦਾ ਜੋ ਹੋਵੇਗਾ ਇੰਦਗੜ ਵਰਸੇ ਦੇ ਡੱਗੂ ਰਮਾਣੀ ਦੀਆਂ ਟੀਮਾਂ ਦੇ ਵਿਚਕਾਰ ਉਹ ਵੀ ਟੀਮਾਂ ਵਾਰਮ ਅਪ ਹੋ ਜਾਣ ਲਓ ਪਾਵੀ ਅਗਲੀ ਰੇਡ ਖੇਡ ਮੈਦਾਨ ਵਿੱਚ ਸ਼ਫੀ ਨੂੰ ਥੋੜਾ ਸਾਈਡ ਤੇ ਬਿਠਾ ਲਓ ਜੀ ਸ਼ਫੀ ਨੂੰ ਥੋੜਾ ਸਾਈਡ ਤੇ ਲੈ ਜਾਓ ਪਲੀਜ਼
ਲਓ ਹਰਦੀਪ ਅਗਲੀ ਕਬੱਡੀ ਥੋੜੇ ਵਕਫੇ ਤੋਂ ਬਾਅਦ ਇਹ ਮੁਕਾਬਲਾ ਫਿਰ ਜਿਹੜਾ ਸ਼ੁਰੂ ਹੋ ਚੁੱਕਿਆ ਹਰਦੀਪ ਇਸ ਵੇਲੇ ਕਹਿੰਦੇ ਵੀ ਖਾਰੇ ਦੀ ਧਰਤੀ ਦਾ ਹਰਦੀਪ ਤਾਊ ਦਾ ਕਹਿੰਦੇ ਵੀ ਸਰਨਾਮੀ ਆ ਉਧਰਲੇ ਪਾਸੇ ਸੁੱਖਾ ਲਓ ਹਸਨ ਪੱਟੀ ਵਾਲਾ ਵੱਧ ਕੇ ਟਰਾਈ ਕਰਦਾ ਹੋਇਆ ਪਰ ਪੁਆਇੰਟ ਮੇਰੀ ਵੀ ਹਰਦੀਪ ਖਾਰੇ ਵਾਲੇ ਦੇ ਹਿੱਸੇ ਆ ਚੱਲ ਵੀ ਜੋ ਪਾ ਦੇ ਵਾਲਾ ਅਗਲੀ ਡੇਢ ਖੇਡ ਮੈਦਾਨ ਦੇ ਅੰਦਰ ਲਾਲ ਕੱਛਾ ਛਾਟਵਾਂ ਸਰੀਰ ਪਾਈ ਹੋਈ ਕਬੱਡੀ ਲੰਬੀਆਂ ਬਾਹਾਂ ਦਾ ਮਾਲਕ ਨਾਲ ਹਲਕਾ ਚੁੱਕੇ ਬਿਸ਼ਕੇ ਪਾਈ ਹੋਈ ਰੇੜਾ ਬਣਿਆ ਹੋਇਆ ਕਲੇਰੀ ਮੋਰ ਚਾਰ ਜਾਫੀਆਂ ਤੋਂ ਕਹਿੰਦੇ ਵੀ ਨਾਲ ਇੱਕ ਪਾਸੇ ਰਾਮ ਨੇ ਟਰਾਈ ਕੀਤੀ ਮੇਰੀ ਵੀਡੀਓ ਖਾਰੇ ਦੀ ਧਰਤੀ ਦਾ ਇੱਕ ਪਾਸੇ ਰਾਮ ਲਾ ਵੱਧ ਸੋਹਣੀ ਟਰਾਈ ਆ ਉਧਰ ਪੁਆਇੰਟ ਜਿਹੜੇ ਚੰਡਾ ਵਾਲੇ ਨਾਲ ਅਮਨ ਦੇ ਹਿੱਸੇ ਆ ਅੱਜ ਹਸਨ ਪੱਟੀ ਦਾ ਖੇਡਦਾ ਲਾ ਅਗਲੀ ਕਬੱਡੀ ਖੇਡ ਮੈਦਾਨ ਵਿੱਚ ਵੱਧ ਕੇ ਪਾਉਂਦਾ ਹੋਇਆ ਗੋਰਾ ਦੇਖ ਲੈ ਵੀ ਇੱਕ ਪਾਸੇ ਪੁਆਇੰਟ ਜਿਹੜਾ ਧਾਵੀ ਦਾ ਆਸਾਨ ਜਿਹਾ ਪੁਆਇੰਟ ਖਾਰੇ ਦੀ ਟੀਮ ਦੇ ਹਿੱਸੇ ਦੇ ਵਿੱਚ ਆ ਜੁੜਿਆ ਚੱਲ ਵੀ ਜਵਾਨਾ ਪਾ ਵੀ ਕਬੱਡੀ ਫਿਰ ਅਗਲਾ ਧਾਵਾ ਖੇਡ ਮੈਦਾਨ ਵਿੱਚ ਅਮਨ ਜਾਂ ਫਿਰ ਚੰਡਾ ਵਾਲਾ ਦੇਖ ਲੈ ਵੀ ਲਗਾਤਾਰ ਕਬੱਡੀਆਂ ਪਾਉਂਦਾ ਹੋਇਆ ਕਿਉਂਕਿ ਸ਼ਫੀ ਦੇ ਹਲਕੀ ਸੱਟ ਲੱਗਣ ਕਾਰਨ ਵੱਡਾ ਇਹਦੇ ਗੱਭਰੂ ਦੇ ਮੋਢਿਆਂ ਤੇ ਭਾਰ ਹੈ ਮੇਰੀ ਅੱਜ ਦੇ ਇਸ ਫਾਈਨਲ ਮੈਚ ਦੀਆਂ ਕਬੱਡੀਆਂ ਦਾ ਲਾ ਦੇਖ ਲੈ ਵੀ ਇਸ ਵੇਲੇ ਚੰਡਾ ਵਾਲਾ ਕਹਿੰਦੇ ਵੀ ਨਾਲ ਦਿਨ ਵੱਧ ਅਮਨ ਕਬੱਡੀ ਪਾਉਂਦਾ ਹੋਇਆ ਅਜੈਬ ਸਿੰਘ ਜੀ ਕੂਕਾ ਅਗਲੇ ਸਾਲ ਦੀਆਂ ਖੇਡਾਂ ਦੇ ਲਈ 5100 ਰੁਪਇਆ ਅਨਾਊਂਸ ਕਰਵਾਉਂਦੇ ਨੇ ਉੱਥੇ ਨਾਲ ਹੀ ਬਖਸ਼ੀਸ਼ ਸਿੰਘ ਜੀ ਚੀਨ ਵਾਲੇ 6500 ਰੁਪਇਆ ਅਗਲੇ ਸਾਲ ਦੀਆਂ ਖੇਡਾਂ ਦੇ ਲਈ ਅਨਾਊਂਸ ਕਰਵਾਉਂਦੇ ਇਹਨਾਂ ਦਾ ਵੱਡਾ ਧੰਨਵਾਦ ਆ ਅਜੈਬ ਸਿੰਘ ਜੀ ਕੂਕਾ 5100 ਰੁਪਇਆ ਔਰ ਬਖਸ਼ੀਸ਼ ਸਿੰਘ ਜੀ ਚੀਨ ਵਾਲੇ ਅਗਲੇ ਸਾਲ 600 ਰੁਪਇਆ ਜਿਹੜਾ ਆਖਦੇ ਵੀ ਵੱਡੇ ਸਹਿਯੋਗ ਦੇਵਾਂਗੇ ਵੱਡਾ ਧੰਨਵਾਦ ਆ ਲਓ ਖੇਡ ਮੈਦਾਨ ਵਿੱਚ ਅਗਲਾ ਧਾਵਾ ਹਰਦੀਪ ਖਾਰੇ ਵਾਲੇ ਦਾ ਉਧਰਲੇ ਪਾਸੇ ਫਿਰ ਨਾਗਨ ਸੋਨੇ ਨੇ ਟਰਾਈ ਕੀਤੀ ਆ ਇੱਕ ਵੰਡ ਡੋਰ ਦੀ ਧਰਤੀ ਦਾ ਸੋਨਾ ਦੁਨੀਆਂ ਦੇ ਵਿੱਚ ਪ੍ਰਸਿੱਧ ਆ ਲਓ ਦੇਖਣਾ ਵੀ ਇਧਰਲੇ ਪਾਸੇ ਪੁਆਇੰਟ ਧਾਵੀ ਦੇ ਹਿੱਸੇ ਸੇਫ ਖੇਡੋ ਮੇਰੀ ਵੀਰੋ ਸੇਫ ਖੇਡੋ ਇੱਕ ਪੁਆਇੰਟ ਦੀ ਖਾਤਰ ਕਿਸੇ ਦੇ ਸੱਟ ਨਾ ਲੱਗੇ ਇਹ ਜ਼ਰੂਰੀ ਇਹ ਗੱਲ ਰੱਖਿਆ ਕਰੋ ਪੁਆਇੰਟ ਜ਼ਰੂਰੀ ਨਹੀਂ ਵੀ ਜੇ ਕਿਸੇ ਖਿਡਾਰੀ ਦੇ ਸੱਟ ਲੱਗ ਗਈ ਤਾਂ ਫਿਰ ਇਹ ਘਾਟੇ ਜਿਹੜੇ ਪੂਰੇ ਨਹੀਂ ਹੁੰਦੇ ਮੇਰੀ ਵੀਰੋ ਸੋ ਸੇਫ ਖੇਡਣਾ ਸਿੱਖੋ ਲਓ ਖੇਡ ਮੈਦਾਨ ਵਿੱਚ ਰਾਮ ਉਧਰਲੇ ਪਾਸੇ ਦੇਖ ਲੈ ਵੀ ਉੱਖੜ ਦੇ ਪੈਰ ਨਾਲ ਜਣੇ ਇੱਕ ਪਾਸੇ ਹਸਨ ਪੱਟੀ ਵਾਲੀ ਦੀ ਪਾਈ ਹੋਈ ਰੇਡ ਦੇ ਉੱਪਰ ਵੱਧ ਹਮਲਾ ਬੋਲ ਦਿੱਤਾ ਰਾਮ ਖਾਰੇ ਵਾਲਾ ਲਓ ਮਰੋੜ ਤਾਂ ਮਾਘ ਦੀ ਗੰਦਲ ਵਾਂਗੂ ਲੱਗਦਾ ਆ ਗਿਆ ਵੀ ਗੰਨਾ ਘਲਾੜੀ ਵਿੱਚ ਮਾਰ ਦੇ ਤਾੜੀਆਂ ਇੱਕ ਪਾਸੇ ਖਾਰੇ ਵਾਲੇ ਰਾਮ ਦਾ ਲੱਗਾ ਜਫਾ ਪੰਜਾਬ ਰਾਜ ਬਿਜਲੀ ਬੋਰਡ ਦੇ ਕਰੰਟ ਵਰਗਾ ਗੱਭਰੂ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਚੱਲ ਵੀ ਗੋਰਿਆ ਪਾਦੀ ਨਾ ਦੇਖਣਾ ਵੀ ਦੁਨੀਆਂ ਦੇ ਸਟਾਰ ਖਿਡਾਰੀਆਂ ਦੇ ਸਰਨਾਮੀ ਇਸ ਵੇਲੇ ਖਾਰੇ ਵਾਲੇ ਦੀ ਪਾਈ ਹੋਈ ਕਬੱਡੀ ਬਾਬੇ ਗਾਂਧੀ ਦਾ ਚੰਡਾ ਹੈ ਨਾਲ ਦੇ ਉਧਰਲੇ ਪਾਸੇ ਸੁੱਖਾ ਲਓ ਇੱਕੋ ਜਿਹੇ ਰੰਗ ਇੱਕੋ ਜਿਹੇ ਕੱਛਿਆਂ ਦੇ ਰੰਗ ਇੱਕੋ ਜਿਹਾ ਜ਼ੋਰ ਇੱਕੋ ਜਿਹੇ ਕੱਦ ਪਰ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਅੰਕ ਰੇਟਰ ਦੇ ਹਿੱਸੇ ਆ ਚੱਲ ਵੀ ਗੱਭਰੂ ਪਾ ਵੀ ਕਬੱਡੀ ਫਿਰ ਦੇਖ ਲੈ ਵੀ ਚੰਡਾ ਵਾਲਾ ਅਮਨ ਅਗਲੀ ਕਬੱਡੀ ਖੇਡ ਮੈਦਾਨ ਵਿੱਚ ਪੱਟੀ ਦਾ ਪੁੱਤ ਬਣ ਖੇਡਿਆ ਅੱਜ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਫਾਈਨਲ ਮੁਕਾਬਲੇ ਵਿੱਚ ਕਬੱਡੀਆਂ ਪਾਉਣਾ ਹੋਇਆ 75 ਕਿਲੋ ਭਾਰ ਵਰਗ ਦਾ ਇਹ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਕਾਫੀ ਟੀਮਾਂ ਦੇ ਨਾਲ ਜਿਹੜਾ ਸੰਘਰਸ਼ ਕਰਕੇ ਦੋ ਟੀਮਾਂ ਫਾਈਨਲ ਦੇ ਵਿੱਚ ਪੁੱਜੀਆਂ ਉਧਰਲੇ ਪਾਸੇ ਫਿਰ ਆਪਾਂ ਦੇਖਦੇ ਵੀ ਇੱਕ ਪਾਸੇ ਨਾਗਨ ਟੋਨੀ ਖਾਰੇ ਦੀ ਧਰਤੀ ਦਾ ਲਓ ਇੱਕ ਪਾਸੇ ਨਵਾਂ ਚੰਡਾ ਵਾਲਾ ਕਹਿੰਦੇ ਅਮਨ ਉਧਰਲੇ ਪਾਸੇ ਖਾਰੇ ਵਾਲਾ ਟੋਨੀ ਉਖੜੇ ਪੈਰ ਵੱਜੀ ਤਾਲ ਲਓ ਦੇਖਣਾ ਵੀ ਇੱਕ ਪਾਸੇ ਲੱਗਾ ਹੈ ਜ਼ੋਰ ਆਖਦੇ ਵੀ ਹਰਦੀਪ ਨੂੰ ਜਿਹੜਾ ਵੀ ਜਾਫੀ ਜਫਾ ਲਾ ਉਹਦੇ ਲਈ 100 ਰੁਪਏ ਦਾ ਵੱਡਾ ਮਾਣ ਹੋਵੇਗਾ ਸਰਪੰਚ ਗੁਰਦਿੱਤਾ ਸਿੰਘ ਜੀ ਜਿਨ੍ਹਾਂ ਵੱਲੋਂ ਅਗਲੇ ਸਾਲ ਦੇ ਟੂਰਨਾਮੈਂਟ ਵਾਸਤੇ 22000 ਰੁਪਇਆ ਵੱਡਾ ਸਹਿਯੋਗ ਹੋਵੇਗਾ ਆਖਦੇ ਵੀ ਜਿਹੜਾ ਹਰਦੀਪ ਨੂੰ ਜਫਾ ਲਾਊਗਾ ਉਹਦੇ ਲਈ 100 ਰੁਪਇਆ ਆਵੇਗਾ ਲਓ ਪੁਆਇੰਟ ਧਾਵੀ ਦਾ ਡੱਗੂ ਰਮਾਣੇ ਦੀ ਟੀਮ ਜਿਹੜੀ ਆ ਗਈ ਆ ਇੰਦਗੜ੍ਹ ਦੀ ਟੀਮ ਨੂੰ ਵੀ ਬੇਨਤੀ ਹੋ ਵੀ ਆਪਣੇ ਆਪਣੇ ਵਾਰਮ ਅਪ ਕਰਕੇ ਖੇਡ ਗਰਾਊਂਡ ਦੇ ਵੱਲ ਆ ਜਾਣ ਲਓ ਇਧਰਲੇ ਪਾਸੇ ਫਿਰ ਲੱਗਿਆ ਪਿਆ ਜ਼ੋਰ ਹੈ ਦੋਨੋਂ ਟੀਮਾਂ ਦੇ ਖਿਡਾਰੀਆਂ ਦੇ ਮੇਰੀ ਵੀਰੋ ਲਓ ਖੇਡ ਮੈਦਾਨ ਵਿੱਚ ਰਾਮ ਇੱਕ ਪਾਸੇ ਦੇਖ ਲੈ ਵੀ ਖਾਰੇ ਵਾਲਾ ਬਹੁਤ ਸੋਹਣੀ ਖੇਡ ਖੇਡ ਮੈਦਾਨ ਵਿੱਚ ਸੋਹਣਾ ਪ੍ਰਦਰਸ਼ਨ ਮੇਰੀ ਵੀਰੋ ਰਾਮ ਖਾਰੇ ਵਾਲੇ ਦਾ ਤਾਂ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਅੰਕ ਖਾਰੇ ਦੀ ਟੀਮ ਦੇ ਖਾਤਰ ਵਿੱਚ ਲਓ ਉਧਰਲੇ ਪਾਸੇ ਫਿਰ ਅਗਲੀ ਰੇਡ ਮੇਰੀ ਵੀਰੋ ਕੁਲਦੀਪ ਸਿੰਘ ਸਨ ਆਫ ਗੁਰਚਰਨ ਸਿੰਘ ਜੀ ਅਗਲੇ ਸਾਲ ਦੇ ਟੂਰਨਾਮੈਂਟ ਵਾਸਤੇ 3100 ਰੁਪਏ ਜਿਹੜਾ ਸਹਿਯੋਗ ਆਖਦੇ ਵੀ ਦੇਵਾਂਗੇ ਕੁਲਦੀਪ ਸਿੰਘ ਜੀ ਸਨ ਆਫ ਗੁਰਚਰਨ ਸਿੰਘ ਅਗਲੇ ਸਾਲ ਜਿਹੜਾ 3100 ਰੁਪਏ ਅਨਾਊਂਸ ਕਰਾਉਂਦੇ ਨੇ
ਪੱਪੂ ਆਖਲਾ ਵੀ 15,000 ਅਨਾਊਂਸ ਕੀਤਾ ਸੀ, ਅਗਲੇ ਸਾਲ 1,000 ਦਾ ਹੋਰ ਵਾਧਾ ਕਰਤਾ, 16,000 ਕਰ ਦਿੱਤਾ ਪੱਪੂ ਨੇ। ਇਹਨਾਂ ਦਾ ਵੀ ਵੱਡਾ ਧੰਨਵਾਦ ਆ। ਨੌਖੇ ਮੈਦਾਨ ਵਿੱਚ ਖਾਰੇ ਵਾਲਾ ਇਸ ਵੇਲੇ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਚੱਲ ਵੀ ਗੱਭਰੂ ਪਾਵੀ ਕਬੱਡੀ ਹਰਦੀਪ ਅਗਲੀ ਰੇਡ ਖੇਡ ਮੈਦਾਨ ਵਿੱਚ ਫਾਈਨਲ ਮੁਕਾਬਲਾ ਜਾ ਰਿਹਾ। ਉਹਦੇ ਗੀਤਾ ਕੋਟ ਕਰੋੜ ਦੀ ਧਰਤੀ ਦਾ ਦੇਖਣਾ ਵੀ ਕੀ ਫੈਸਲਾ ਕਰਦਾ। ਇਸ ਵੇਲੇ ਹਰਦੀਪ ਖਾਰੇ ਵਾਲੀ ਦੀ ਪਾਈ ਹੋਈ ਰੇਡ ਦੇ ਉੱਪਰ ਕਿਹੜੇ ਜਾਫੀ ਨੇ ਦੇਖਣਾ ਵੀ ਬਾਜਵਾਨ ਨੂੰ ਝਪਟ ਮਾਰਦੀ ਹੈ। ਸੁੱਖੇ ਨੇ ਫਿਰ ਟਰਾਈ ਕੀਤਾ ਪਰ ਸਫਲਤਾ ਧਾਵੀ ਦੇ ਕਦਮ ਚੁੰਮਦੀ ਹੋਈ। ਅੰਕ ਖਾਰੇ ਦੀ ਟੀਮ ਦੇ ਹਿੱਸੇ ਆ। ਮੈਚ ਦੀ ਸਮਾਪਤੀ ਇਹਦੇ ਵਿੱਚੋਂ ਖਾਰੇ ਦੀ ਟੀਮ ਜੇਤੂ ਆ। ਅੱਜ ਦੀ ਜਿਹੜੀ ਦੂਜੇ ਟੂਰਨਾਮੈਂਟ ਦੀ ਵਿਨਰ ਟੀਮ ਆ 75 ਕਿਲੋ ਭਾਰ ਦੀ ਖਾਰਾ, ਸੈਕੰਡਰੀ ਟੀਮ ਹਸਨ ਪੱਟੀ। ਦੋਨੋਂ ਟੀਮਾਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ। ਸਮੁੱਚੀ ਸਪੋਰਟਸ ਕਲੱਬ ਔਰ ਗ੍ਰਾਮ ਪੰਚਾਇਤ ਤੇ ਸਮੁੱਚੀ ਬਾਬਾ ਦਾਨਪੀਠ ਕਮੇਟੀ ਵੱਲੋਂ ਅਸੀਂ ਦੋਨੋਂ ਟੀਮਾਂ ਨੂੰ ਮੁਬਾਰਕਬਾਦ ਦੇਵਾਂਗੇ ਆਪਣੇ ਫਸਟ ਸੈਕੰਡ ਪ੍ਰਾਈਜ਼ ਜਿਹੜੇ ਮੰਚ ਦੇ ਉੱਪਰ ਪ੍ਰਾਪਤ ਕਰ ਲੈਣ ਦੋਨੋਂ ਟੀਮਾਂ। ਇੰਦਗੜ੍ਹ ਦੀ ਟੀਮ ਨੂੰ ਮੇਰੀ ਬੇਨਤੀ ਵੀ ਜਲਦੀ ਖੇਡ ਗਰਾਊਂਡ ਦੇ ਵਿੱਚ ਪਹੁੰਚੇ। ਇੰਦਗੜ੍ਹ ਬੈਸਟ ਰੇਡਰ ਜਿਹੜਾ ਐਲਾਨਿਆ ਗਿਆ ਹਰਦੀਪ ਖਾਰਾ, ਜਾਫੀ ਰਾਮ ਖਾਰਾ ਬੈਸਟ ਜਾਫੀ ਆ। 5-5 ਕਿਲੋ ਦੇਸੀ ਘਿਓ ਇਹਨਾਂ ਖਿਡਾਰੀਆਂ ਦੇ ਲਈ ਜਿਹੜਾ ਅੱਜ ਵਿਸ਼ੇਸ਼ ਤੌਰ ਤੇ ਵੱਡੇ ਮਾਨ ਸਨਮਾਨ ਹੋਣਗੇ। ਦੋਨੋਂ ਖਿਡਾਰੀਆਂ ਨੂੰ ਮੁਬਾਰਕਬਾਦ ਆ। ਬੈਸਟ ਜਾਫੀ ਰਾਮ ਖਾਰਾ, ਬੈਸਟ ਰੇਡਰ ਹਰਦੀਪ ਖਾਰਾ, ਦੋਨਾਂ ਖਿਡਾਰੀਆਂ ਨੂੰ 5-5 ਕਿਲੋ ਦੇਸੀ ਘਿਓ ਦੇ ਨਾਲ ਵੱਡਾ ਮਾਨ ਸਨਮਾਨ ਦਿੱਤਾ ਜਾਵੇਗਾ। ਦੋਨੋਂ ਟੀਮਾਂ ਨੂੰ ਉੱਥੇ ਦੋਨੋਂ ਖਿਡਾਰੀਆਂ ਨੂੰ ਮੁਬਾਰਕਬਾਦ ਤਾਂ ਸਾਡੇ ਵੱਲੋਂ। ਇੰਦਗੜ੍ਹ ਦੇ ਖਿਡਾਰੀਆਂ ਨੂੰ ਮੇਰੇ ਖਿਆਲ ਵਿੱਚ ਕਾਫੀ ਰਿਸਟ ਮਿਲ ਚੁੱਕੀ ਆ। ਬਗੀਚਾ ਮੇਰਾ ਵੀਰ ਪਲਵਾਨ ਜਲਦੀ ਆ ਜਾਓ ਤਾਂ ਕਿ ਦਰਸ਼ਕੀਰਾਂ ਨੇ ਵੀ ਘਰੋਂ ਘਰੀ ਜਾਣਾ। ਦੇਖੋ ਸੁਬਾਹ ਤੋਂ ਲੈ ਕੇ ਇਸ ਗਰਾਊਂਡ ਦੇ ਦਾਇਰੇ ਤੇ ਬੈਠੇ ਦਰਸ਼ਕ ਤੁਹਾਡੀ ਖੇਡ ਦੇ ਮਰੀਜ਼ ਆ ਮੇਰੀ ਵੀਰੇ, ਜਿਹੜੇ ਇਸ ਗਰਾਊਂਡ ਦੇ ਦਾਇਰੇ ਤੇ ਦੇਰ ਰਾਤ ਤੱਕ ਤੁਹਾਡਾ ਮੈਚ ਦੇਖਣ ਦੇ ਲਈ ਅਸਲੀ ਫੈਨ ਤੁਹਾਡੇ ਆਹ ਦਰਸ਼ਕ ਆ ਜਿਹੜੇ ਦੇਰ ਰਾਤ ਤੱਕ ਬੈਠੇ ਤੁਹਾਡੀ ਖੇਡ ਦੇਖ ਰਹੇ ਆ। ਆਪੋ ਆਪਣੇ ਨਾਂ ਦੀ ਇੱਕ ਜ਼ੋਰਦਾਰ ਤਾੜੀ ਮਾਰ ਦਿਓ ਮੇਰੀ ਵੀਰ। ਸਾਰੇ ਦਰਸ਼ਕ ਆਪੋ ਆਪਣੇ ਨਾਂ ਦੀ ਤਾੜੀ ਮਾਰ ਦਿਓ। ਤੁਹਾਡਾ ਦੇਰ ਰਾਤ ਤੱਕ ਇਸ ਟੂਰਨਾਮੈਂਟ ਨੂੰ ਦੇਖਿਆ ਜਾਣਾ ਸਾਡੀ ਇੱਕ ਬਹੁਤ ਵੱਡੀ ਜਿਹੜੀ ਉਪਲਬਧੀ ਆ ਕਿ ਇੱਥੋਂ ਪਤਾ ਲੱਗਦਾ ਵੀ ਕਿਹੜਾ ਇਸ ਖੇਡ ਦੇ ਲਈ ਸਮਰਪਿਤ ਆ। ਤੁਸੀਂ ਅੱਜ ਇਸ ਖੇਡ ਦੇ ਲਈ ਸਮਰਪਿਤ ਹੋ। ਇਹਨਾਂ ਖਿਡਾਰੀਆਂ ਦੇ ਫੈਨ ਜਿਹੜੇ ਬੈਠੇ ਆ ਇਸ ਗਰਾਊਂਡ ਦੇ ਦਾਇਰੇ ਤੇ ਇਸ ਗੱਲ ਦੀ ਗਵਾਹੀ ਭਰਦੇ ਵੀ ਦੇਰ ਰਾਤ ਤੱਕ ਤੁਸੀਂ ਬੈਠ ਕੇ ਇਸ ਮੈਚ ਦਾ, ਇਸ ਟੂਰਨਾਮੈਂਟ ਦਾ, ਇਹਨਾਂ ਖਿਡਾਰੀਆਂ ਦੀ ਖੇਡ ਦਾ ਆਨੰਦ ਮਾਣਿਆ। ਔਰ ਇੱਥੋਂ ਪਤਾ ਲੱਗਦਾ ਵੀ ਤੁਸੀਂ ਸੱਚੇ ਤੇ ਸਹੀ ਫੈਨ ਹੈ ਇਹਨਾਂ ਖਿਡਾਰੀਆਂ ਦੇ। ਜਲਦੀ ਮੇਰੀ ਵੀਰੋ ਬਗੀਚਾ ਇੰਦਗੜ੍ਹ ਆਪਣੀ ਟੀਮ ਨੂੰ ਜਿਹੜਾ ਗਰਾਊਂਡ ਦੇ ਵਿੱਚ ਲੈ ਕੇ ਆਓ। ਬਗੀਚਾ ਇੰਦਗੜ੍ਹ ਗੁਰਕੀਰਤ ਸਿੰਘ ਪ੍ਰਧਾਨ ਪਿਪਲੀ ਔਰ ਉਹਨਾਂ ਦੇ ਨਾਲ ਹਰਦੀਪ ਸਿੰਘ ਦੀ ਗਿੱਲ ਸਾਡੇ ਵਿਚਕਾਰ ਪਹੁੰਚੇ ਆ। ਉਹਨਾਂ ਦੇ ਇੱਥੇ ਪਹੁੰਚ ਉੱਤੇ ਨਿੱਘਾ ਸਵਾਗਤ ਹੈ। ਗੁਰਕੀਰਤ ਸਿੰਘ ਜੀ ਪ੍ਰਧਾਨ ਪਿਪਲੀ ਔਰ ਉਹਨਾਂ ਦੇ ਨਾਲ ਹੀ ਹਰਦੀਪ ਸਿੰਘ ਦੀ ਗਿੱਲ ਤੇ ਸਾਡੇ ਵਿਚਕਾਰ ਪਹੁੰਚੇ। ਉਹਨਾਂ ਦੇ ਇੱਥੇ ਪਹੁੰਚ ਉੱਤੇ ਨਿੱਘਾ ਸਵਾਗਤ ਆ। ਇੰਦਗੜ੍ਹ ਦੇ ਖਿਡਾਰੀਆਂ ਨੂੰ ਮੇਰੀ ਬੇਨਤੀ ਹੈ ਵੀ ਜਲਦੀ ਭਲਵਾਨ ਜੀ ਖੇਡ ਗਰਾਊਂਡ ਦੇ ਵਿੱਚ ਆ ਜਾਓ। ਇੰਦਗੜ੍ਹ
ਇੰਦਗੜ ਦੇ ਖਿਡਾਰੀਆਂ ਨੇ ਬੇਨਤੀ ਵੀ ਪਹਿਲਵਾਨਾਂ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਜਲਦੀ ਦੇ ਨਾਲ ਇੰਦਗੜ ਦੇ ਖਿਡਾਰੀ ਜਿਹੜਾ ਗਰਾਊਂਡ ਦੇ ਵਿੱਚ ਆ ਜਾਂਦੇ ਡੱਬੂ ਰਮਾਣੀ ਦੀ ਟੀਮ ਜਿਹੜੀ ਕਾਫੀ ਜ਼ੋਰ ਤੋਂ ਇੰਤਜ਼ਾਰ ਕਰ ਰਹੀ ਆ ਜਲਦੀ ਦੇ ਨਾਲ ਇੰਦਗੜ ਖੇਡ ਗਰਾਊਂਡ ਦੇ ਵਿੱਚ ਪ੍ਰਵੇਸ਼ ਕਰ ਲੈਣ ਬਗੀਚਾ ਸ਼ਿੰਦਾ ਮੇਰਾ ਵੀਰ ਆਓ ਪਹਿਲਵਾਨ ਜਲਦੀ ਉਧਰ ਸਾਡੇ ਗੁਰਜੰਤ ਸਿੰਘ ਜੀ ਖੋਸਾ ਕੋਟ ਕਰੋੜ ਵਾਲੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਪੱਕੀ ਕਲਾਂ ਦੀ ਧਰਤੀ ਤੇ ਰਹਿੰਦੇ ਆ ਉਹ ਆਖਦੇ ਵੀ 3525 ਰੁਪਏ ਸਹਿਯੋਗ ਦੇਣਾ ਸੀ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸ਼ਗਨ ਹੁੰਦਾ ਕੋਈ ਆਪਣੀ ਵਿਚਾਰ ਹੁੰਦੀ ਹੈ 3525 ਰੁਪਏ ਜਿਹੜੇ ਉਹਨਾਂ ਨੇ ਦੇਣੇ ਆ ਸੋ ਬਹੁਤ ਧੰਨਵਾਦ ਗੁਰਜੰਤ ਸਿੰਘ ਜੀ ਖੋਸਾ ਕੋਟ ਕਰੋੜ ਵਾਲਿਆਂ ਦਾ ਜੋ ਲੰਬੇ ਸਮੇਂ ਤੋਂ ਪਿੰਡ ਪੱਕੀ ਕਲਾਂ ਦੇ ਵਸਨੀਕ ਬਣੇ ਹੋਏ ਆ ਉਹਨਾਂ ਵੱਲੋਂ 3525 ਰੁਪਏ ਜਿਹੜੇ ਸਹਿਯੋਗ ਹੋਵੇਗਾ ਵੱਡਾ ਧੰਨਵਾਦ ਇੰਦਗੜ ਦੀ ਟੀਮ ਨੂੰ ਲਾਸਟ ਇੱਕ ਮਿੰਟ ਦੀ ਕਾਲ ਆ ਜੀ ਇੰਦਗੜ ਦੀ ਟੀਮ ਨੂੰ ਲਾਸਟ ਇੱਕ ਮਿੰਟ ਦੀ ਕਾਲ ਜਲਦੀ ਟੀਮ ਜਿਹੜੀ ਗਰਾਊਂਡ ਵਿੱਚ ਆਵੇ ਇੰਦਗੜ ਗੁਰਕੀਰਤ ਸਾਡੇ ਯੂਥ ਕਲੱਬ ਦੇ ਵਾਈਸ ਪ੍ਰਧਾਨ ਹੈ ਜੋ ਪਿਪਲੀ ਵਾਲੇ ਸਾਡਾ ਛੋਟਾ ਵੀਰ ਰੋਬਨ ਬਰਾੜ ਵਿਸ਼ੇਸ਼ ਤੌਰ ਤੇ ਪਹੁੰਚੇ ਹੈ ਨਿੱਘਾ ਸਵਾਗਤ ਹੈ ਰੋਬਨ ਬਰਾੜ ਗੁਰਕੀਰਤ ਪ੍ਰਧਾਨ ਦੋਨੇ ਵੀਰਾਂ ਦੇ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਹੈ ਉਧਰ 75 ਕਿਲੋ ਭਾਰ ਦੀਆਂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਜਾ ਰਹੀ ਹੈ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਸੰਤ ਬਾਬਾ ਨਿਰੰਜਨ ਰਾਚੀ ਔਰ ਸਮੁੱਚੀ ਗ੍ਰਾਮ ਪੰਚਾਇਤ ਦੇ ਕਰ ਕਮਲਾਂ ਦੇ ਨਾਲ ਇਹਨਾਂ ਦੋਨਾਂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਜਾ ਰਹੀ ਅਸੀਂ ਦੋਨਾਂ ਟੀਮਾਂ ਨੂੰ ਮੁਬਾਰਕਬਾਦ ਦੇਵਾਂਗੇ ਪੀਤਾ ਨੈਸਲੇ ਡੈਰੀ ਰਾਈਆਂ ਵਾਲਾ ਪਹੁੰਚੇ ਆ ਜੀ ਆਇਆਂ ਨੂੰ ਆਖਦੇ ਆ ਪਰ ਨੈਸਲੇ ਡੈਰੀ ਵਾਲੇ ਜਿਹੜੇ ਇਸ ਵੇਲੇ ਆਉਣਾ ਹੋਵੇ ਦੁੱਧ ਤੇ ਨਾਲ ਲੈ ਕੇ ਆਈਦਾ ਲੰਗਰ ਚ ਹਿੱਸਾ ਪਾ ਦੇਈਦਾ ਇੰਦਗੜ ਜੇ ਨਹੀਂ ਆਉਂਦੀ ਤੇ ਪ੍ਰਬੰਧਕ ਆਖਦੇ ਵੀ ਅਸੀਂ ਕੋਈ ਡਿਸੀਜਨ ਲਈਏ ਜਿਉਣਾ ਸਿੰਘ ਗਿੱਲ ਆਖਦਾ ਵੀ ਅਗਲੇ ਸਾਲ 3100 ਰੁਪਇਆ ਅਨਾਊਂਸ ਕਰਵਾ ਰਹੇ ਆ ਪ੍ਰਧਾਨ ਜੀ ਨੋਟ ਕਰ ਲਿਓ ਜਿਉਣਾ ਸਿੰਘ ਦੀ ਗਿੱਲ
31,000 रुपए अगले साल के टूर्नामेंट वास्ते। रॉबन बराड पिपली सन ऑफ मास्टर आत्मा सिंह जी 1,100 रुपए अगले टूरनामेंट वास्ते अनाउंस कराते हैं। गुरकीर्त सिंह प्रधान यूथ क्लब पिपली 2100 रुपए अगले टूरनामेंट वास्ते अनाउंस करवाते हैं। हरदीप सिंह सन ऑफ शिंदर सिंह गिल इन्हों वालों अगले टूरनामेंट वास्ते 5100 रुपया सहयोग होगा। 1100 रुपये चमकौर सिंह जी अगले साल के टूरनामेंट वास्ते जिहड़ा अनाउंस करवाते हैं। गुरनैब सिंह संधु आखदा भी अगले साल के टूरनामेंट वास्ते 3100 रुपये जिहड़ा सहयोग होगा। अगले खेड मेले के लिए 3100 रुपये का वड्डा योगदान होगा। जिहड़ा भी जाफरी दोदे वाले संदीप नूं जफा लावेगा उधर पीता पिपली वाला आखदा भी उस जाफी के लिए 100 रुपया स्पैशल जिहड़ा मान सम्मान होगा। पीता पिपली वाला आखदा भी जिहड़ा भी संदीप नूं जफा लावेगा उस जाफी के लिए 100 रुपया स्पैशल जिहड़ा प्राइज पीते पिपली वालों होगा। उधर गुरा दत्ता सिंह जी सरपंच साहब आखते भी 100 रुपया होगा जिहड़ा खिडारी पहला पॉइंट जिहड़ा प्राप्त करेगा मैच का उहदे लई 100 रुपया होगा। गुरा दत्ता सिंह जी सरपंच साहब वल्लों उधर शरण डब्बू रमाना जिन्हें भी जफे लावेगा उसका क्लासमेट रुपिंदर शंटू साडा वीर एसओआई प्रधान मोगा आखदा भी 100 रुपए के मान सम्मान होंगे। नौ खेड मैदान विच देख लो भी फाइनल मुकाबला पहली रेड पै चुकी है मेरी वीरों खेड मैदान विच संदीप दोदे वाले की ਪਿੰਦਰ ਗਿੱਲ ਤੇ ਬੁਗਣਾ ਗਿੱਲ ਆਖਦੇ ਵੀ ਦੋਨੇ ਪਾਸਿਓਂ ਜਿਹੜਾ ਖਿਡਾਰੀ ਲਗਾਤਾਰ ਦੋ ਜੱਫੇ ਲਾਵੇਗਾ ਉਹਨੂੰ 1000 ਰੁਪਇਆ ਵੱਡਾ ਮਾਣ ਹੋਵੇਗਾ। ਤਾੜੀਆਂ ਮਾਰ ਦਿਓ ਜੀ। ਲਓ ਤੇ ਕਹਿੰਦੇ ਵੀ 1000 ਰੁਪਇਆ ਮੇਰੇ ਵੀਰਾ ਲਗਾਤਾਰ ਜਿਹੜਾ ਜਾਫੀ ਦੋ ਜੱਫੇ ਲਾਵੇਗਾ ਉਹਦੇ ਲਈ ਕਹਿੰਦੇ ਵੀ 1000 ਰੁਪਇਆ ਸਪੈਸ਼ਲ ਇਨਾਮ ਹੋਵੇਗਾ। ਉਧਰ ਪਹਿਲੀ ਕੋਸ਼ਿਸ਼ ਕੀਤੀ ਨਾਲ ਦੰਦੇ
ਲਓ ਖੇਡ ਮੈਦਾਨ ਵਿੱਚ ਦੇਖ ਲੈ ਵੀ ਇੱਕ ਪਾਸੇ ਸ਼ਰਨਾ ਡੱਗੂ ਰਮਾਨੇ ਦਾ ਨਹੀਂ ਜਾ ਫਲ ਆ ਸਕਿਆ ਔਰ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਅੰਤ ਰੇਡਰ ਦੇ ਹਿੱਸੇ ਆ ਉਧਰ ਰੁਪਿੰਦਰ ਬੰਟੂ ਸਾਡਾ ਵੀਰ ਇਸ ਵੇਲੇ ਪ੍ਰਧਾਨ ਮੋਗਾ ਆਖਦਾ ਵੀ ਸ਼ਰਨਾ ਜਿੰਨੇ ਜਫੇ ਲਾਵੇਗਾ ਉਹਨੇ 100 ਹੋਣਗੇ ਆਪਣੇ ਕਲਾਸਮੇਟ ਦਾ ਵੱਡਾ ਮਾਣ ਕਰਦਾ ਸਾਡੇ ਵੀਰ ਬੰਟੂ ਇਸ ਵੇਲੇ ਪ੍ਰਧਾਨ ਲਓ ਮੋਗਾ ਉਧਰਲੇ ਪਾਸੇ ਫਿਰ ਪਾਈ ਹੀ ਰੇਡ ਖੇਡ ਮੈਦਾਨ ਵਿੱਚ ਕਹਿੰਦੇ ਵੀ ਧਰਮਿੰਦਰ ਡੱਗੂ ਰਮਾਨੇ ਦੀ ਧਰਤੀ ਦਾ ਸਤਨਾਮ ਦਾ ਛੋਟਾ ਵੀਰ ਵੱਧ ਕੇ ਕਬੱਡੀ ਪਾਉਣਾ ਹੋਇਆ ਬਗੀਚਾ ਇੰਦਗੜ੍ਹ ਦੀ ਧਰਤੀ ਦਾ ਜਿਸ ਨਾਲ ਨੂੰ ਅਗਲੇ ਸਾਲ ਮੇਰੀ ਵੀ ਇਸੇ ਗਰਾਊਂਡ ਵਿੱਚ ਕਹਿੰਦੇ ਵੀ ਇਸੇ ਮੰਚ ਦੇ ਉੱਪਰ ਵਾਸ਼ਿੰਗ ਮਸ਼ੀਨ ਦੇ ਨਾਲ ਵੱਡੇ ਮਾਨ ਸਨਮਾਨ ਦਿੱਤੇ ਜਾਣਗੇ ਲਓ ਅਗਲਾ ਧਾਵਾ ਖੇਡ ਮੈਦਾਨ ਵਿੱਚ ਉਧਰ ਪਿਪਲੀ ਦੀ ਟੂਰਨਾਮੈਂਟ ਕਲੱਬ ਵੱਲੋਂ ਮੇਰੀ ਵੀਰੋ ਸ਼ਰਨ ਡੱਗੂ ਰਮਾਨੇ ਵਾਲੇ ਨੂੰ ਅਗਲੇ ਸਾਲ ਵੱਡਾ ਮਾਨ ਸਨਮਾਨ ਦੀ ਧਰਤੀ ਤੇ ਦਿੱਤਾ ਜਾਵੇਗਾ ਲਓ ਖੇਡ ਮੈਦਾਨ ਵਿੱਚ ਬੋਲੂ ਦੀ ਕਬੱਡੀ ਜਸਵੰਤ ਫੌਜੀ ਦਾ ਸਪੁੱਤਰ ਆ ਲਓ ਇਸ ਵੇਲੇ ਬੋਲੂ ਵੱਲ ਕਬੱਡੀ ਪਾਉਂਦਾ ਹੋਇਆ ਦੁਨੀਆਂ ਦੇ ਸਟਾਰ ਖਿਡਾਰੀਆਂ ਦੀ ਲੱਗੀ ਹੋਈ ਜਾਫ ਲਾਈਨ ਦੇ ਵਿੱਚੋਂ ਦੇਖ ਲੈ ਵੀ ਵਿੱਕੀ ਜਾਂ ਫਿਰ ਮੇਰੀ ਵੀਰੋ ਸੇਵਕ ਆ ਉਧਰਲੇ ਪਾਸੇ ਕਹਿੰਦੇ ਡੱਗੂ ਰਮਾਨੇ ਵਾਲਾ ਇਹਨੂੰ ਸੇਵਕ ਆਖਦੇ ਆ ਲੈ ਵੀ ਸੇਵਕਾ ਅਗਲਾ ਜਫਾ ਜੇ ਲਗਾਤਾਰ ਲੱਗ ਗਿਆ ਤੇ 1000 ਰੁਪਇਆ ਹੋਵੇਗਾ ਨਾਲ ਦੋਨਾਂ ਤੇ 1000 ਰੁਪਇਆ ਬੁਗਣਾ ਗਿੱਲ ਆਖਦਾ ਵੀ 1000 ਰੁਪਇਆ ਹੋਵੇਗਾ ਜੇ ਲਗਾਤਾਰ ਜਿਹੜਾ ਵੀ ਜਾਫੀ ਦੋਨੇ ਪਾਸੋਂ ਲਗਾਤਾਰ ਦੋ ਜਫੇ ਲਾਵੇਗਾ ਉਹਦੇ ਲਈ 1000 ਰੁਪਇਆ ਲਓ ਖੇਡ ਮੈਦਾਨ ਵਿੱਚ ਕਹਿੰਦੇ ਦੋਦੇ ਵਾਲੇ ਸੰਦੀਪ ਦੀ ਕਬੱਡੀ ਆ ਉਧਰਲੇ ਪਾਸੇ ਦੇਖਣਾ ਵੀ 4 ਜਾਫੀ ਇੰਦਗੜ੍ਹ ਦਾ ਬਗੀਚਾ ਨਾਲ ਦੇਖਣਾ ਵੀ ਗਿੱਲ ਆ ਗਿੱਲ ਨੇ ਫੜ ਗੁੱਟ ਕੀਤੀ ਹੋਈ ਟਰਾਈ ਆ ਦੋਦੇ ਵਾਲੇ ਸੰਦੀਪ ਨੂੰ ਡੱਕਣ ਦੀ ਕੀਤੀ ਹੋਈ ਟਰਾਈ ਪੀਤਾ ਪਿਪਲੀ ਆਖਲਾ ਵੀ 100 ਰੁਪਇਆ ਸੀ ਜਾਫੀ ਦੇ ਲਈ ਪੀਤਾ ਪੀਤਾ ਪਿਪਲੀ ਉਹਦੇ ਵੱਲੋਂ ਗਿੱਲ ਦੇ ਲਈ 100 ਰੁਪਇਆ ਮੇਰੀ ਵੀਰੋ ਲਓ ਖੇਡ ਮੈਦਾਨ ਵਿੱਚ ਅਗਲਾ ਧਾਵਾ ਵਾਧਾ ਹੈ ਨਾਲ ਲਓ ਖੇਡ ਮੈਦਾਨ ਵਿੱਚ ਗੁਰੀ ਦੀ ਕਬੱਡੀ ਮੇਰੀ ਵੀਰੋ ਗੁਰੀ ਖੇਡ ਮੈਦਾਨ ਵਿੱਚ ਵੱਧ ਕੇ ਕਬੱਡੀ ਜਿਹੜੀ ਪਾ ਦਿੱਤੀ ਆ ਧੰਨੇ ਦਾ ਭਰਾ ਆਖਲਾ ਵੀ ਜਿਹਨੇ ਸੰਦੀਪ ਨੂੰ ਜਫਾ ਲਾਇਆ ਗਿੱਲ ਦੇ ਲਈ 100 ਰੁਪਏ ਦਾ ਵੱਡਾ ਮਾਣ ਆ ਲਓ ਖੇਡ ਮੈਦਾਨ ਵਿੱਚ ਇਸ ਵੇਲੇ ਪੁਆਇੰਟ ਜਿਹੜਾ ਧਾਵੀ ਦਾ ਗੁਰੀ ਅੰਕ ਆਪਣੀ ਟੀਮ ਦੇ ਲਈ ਜੋੜਦਾ ਉਧਰ ਪੀਤਾ ਪਿਪਲੀ ਆਖਲਾ ਵੀ ਲਾਓ ਜਫਾ ਦੁੱਧ ਸੰਦੀਪ ਨੂੰ ਤੇ ਪਾਓ 100 ਦਾ ਨੋਟ ਲਗਾਤਾਰ 2 ਜਫੇ ਲਾਓਗੇ ਤੇ ਮੇਰੇ ਵੀਰੋ 1000 ਰੁਪਇਆ ਹੋਵੇਗਾ ਉਸ ਜਾਫੀ ਦੇ ਲਈ ਬਗੀਚੇ ਇੰਦਗੜ੍ਹ ਨੂੰ ਅਗਲੇ ਸਾਲ ਵਾਸ਼ਿੰਗ ਮਸ਼ੀਨ ਦੇ ਨਾਲ ਵੱਡੇ ਮਾਣ ਹੋਣਗੇ ਪਰ ਉਹਦੇ ਪਾਸੇ ਧਰਮਿੰਦਰ ਲੱਖ ਜਿਹਾ ਪੁਆਇੰਟ ਜੋੜਦਾ ਆਪਣੀ ਟੀਮ ਦੇ ਲਈ ਲੱਖ ਲੱਖ ਦੀ ਕੌਡੀ ਜਫਾ ਇਕੱਲੇ ਇਕੱਲੇ ਦਾ ਕੋਈ ਮੁੱਲ ਨਹੀਂ ਪੈਂਦਾ ਯਾਰ ਉਹ ਕਾਰਤੂਸ ਚੱਲੇ ਦਾ ਲੱਖ ਲੱਖ ਦੀ ਕੌਡੀ ਜਫਾ ਇਕੱਲੇ ਇਕੱਲੇ ਦਾ ਇਸ ਵੇਲੇ ਖੇਡ ਮੈਦਾਨ ਵਿੱਚ ਜਸਵੰਤ ਫੌਜੀ ਕਹਿੰਦੇ ਵੀ ਆਪਣੇ ਮਹਾਨ ਖਿਡਾਰੀ ਹੋਇਆ ਉਸੇ ਦਾ ਲਾਡਲਾ ਸੁਪੁੱਤਰ ਕਹਿੰਦੇ ਬੋਲੂ ਵੱਲ ਕਬੱਡੀ ਪਾਉਂਦਾ ਹੋਇਆ ਇੱਕ ਗੱਜਣ ਵਾਲੀ ਦੁਨੀਆਂ ਦਾ ਮਹਾਨ ਖਿਡਾਰੀ ਹੋਇਆ ਇੱਕ ਗੋਲੂ ਕਹਿੰਦੇ ਵੀ ਮੇਰੇ ਵੀਰੇ ਚੂੜ ਚੱਕ ਦੀ ਧਰਤੀ ਦਾ ਆਹ ਦੇਖਣਾ ਵੀ ਇਸ ਵੇਲੇ ਬੋਲੂ ਦੀ ਕਬੱਡੀ ਆ ਉਧਰਲੇ ਪਾਸੇ ਸੇਵਕ ਦੂਸਰੀ ਟਰਾਈ ਕਰਦਾ ਮੇਰੀ ਵੀਰੋ ਲਓ ਬੱਲੇ 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 1000 ਹੋਵੇਗਾ ਜੇ ਜਫਾ ਲੱਗ ਗਿਆ ਹੁਣ ਕਹਿੰਦੇ ਨਵੇਂ ਸਿਰੋਂ ਸੇਵਕਾ ਫਿਰ 2 ਜਫੇ ਲਾਉਣੇ ਪੈਣਗੇ ਫਿਰ ਕਿਤੇ ਜਾ ਕੇ 1000 ਰੁਪਇਆ ਮੇਰੀ ਵੀਰ ਲਓ ਖੇਡ ਮੈਦਾਨ ਵਿੱਚ ਲਾਓ ਇੰਦਗੜ੍ਹ ਵਾਲੇ ਲਗਾਤਾਰ 2 ਜਫੇ ਪਾਓ 1000 ਦਾ ਨੋਟ ਜਿਹੜਾ ਉਸ ਜਾਫੀ ਦੇ ਲਈ ਗਿੱਲ ਜਫਾ ਲਗਾਤਾਰ ਲਾਦਾ ਤੇ ਮੇਰੀ ਵੀਰ 1000 ਰੁਪਇਆ ਆਵੇਗਾ ਗਿੱਲ ਦੇ ਲਈ ਔਰ ਪੀਤਾ ਆਖ ਲੈ ਵੀ ਜਿੰਨੇ ਜਫੇ ਲਾਓਗੇ ਦੋਦੇ ਵਾਲੇ ਸੰਦੀਪ ਨੂੰ ਉਹਨੇ 100 ਦੇ ਨੋਟ ਪੀਤੇ ਪਿਪਲੀ ਵੱਲੋਂ ਹੋਣਗੇ ਉਧਰ ਗੁਰਮਾਨਾ ਜਫਾ ਲਾਵੇਗਾ ਤੇ ਰੁਪਿੰਦਰ ਬੰਟੂ ਸਾਡਾ ਵੀਰ ਇਸੋਈ ਪ੍ਰਧਾਨ ਮੋਗਾ ਆਖਦਾ ਵੀ 500 ਹੋਵੇਗਾ ਜੇ ਸ਼ਰਨਾ ਡੱਗੂ ਰਮਾਨਾ ਜਫਾ ਮਾਰੇਗਾ 500 ਰੁਪਇਆ ਉਸ ਜਾਫੀ ਦੇ ਲਈ ਉਧਰ ਪੱਖੀ ਵਾਲੇ ਧੰਨੇ ਦਾ ਵੀਰ ਵੀ ਆਖਲਾ ਵੱਡੇ ਮਾਣ ਕਰਾਂਗੇ ਕਹਿੰਦੇ ਵਿੱਕੀ ਹਰੀ ਕੇ ਕਲਾਂ ਵਾਲਾ ਵੱਲ ਕੀਤੀ ਹੋਈ ਟਰਾਈ ਇੱਕ ਪਾਸੇ ਨਾਲ ਧੂਣਾ ਪੜਦਾ ਲਓ ਗੁਰੀ ਤੇ ਵਿੱਕੀ ਵਿੱਕੀ ਤੇ ਗੁਰੀ ਹੋ ਗਈ ਮੇਰੇ ਮਿੱਤਰੋ ਪਰ ਪੁਆਇੰਟ ਜਿਹੜਾ ਧਾਵੀ ਦਾ ਅੰਕ ਰੇਡਰ ਦੇ ਹਿੱਸੇ ਆ ਚੱਲ ਵੀ ਗੱਭਰੂ ਭਾਵੀ ਕਬੱਡੀ ਖੇਡ ਮੈਦਾਨ ਵਿੱਚ ਅਗਲਾ ਧਾਵਾ ਇਸ ਵੇਲੇ ਨਾਲ ਵੱਧ ਕੇ ਕਬੱਡੀ ਪਾਉਣਾ ਹੋਇਆ ਲਓ ਖੇਡ ਮੈਦਾਨ ਵਿੱਚ ਦੇਖ ਲੈ ਵੀ ਇਸ ਵੇਲੇ ਫਾਈਨਲ ਮੁਕਾਬਲੇ ਦੀ ਅਗਲੀ ਕਬੱਡੀ ਆਪਾਂ ਦੇਖਦੇ ਵੀ ਧਰਮਿੰਦਰ ਡੱਗੂ ਰਮਾਨੇ ਵਾਲੇ ਨੇ ਪਾ ਦਿੱਤੀ ਬਾਬੇ ਨਰ ਸਿੰਘ ਦਾ ਪੋਤਰਾ ਲਓ ਦੇਖ ਲੈ ਵੀ ਆਉਂਦਾ ਧੂਣਾ ਪੜਦਾ ਪੁਆਇੰਟ ਧਾਵੀ ਦੇ ਹਿੱਸੇ
ਅੰਕ ਰੇਟਰ ਦੇ ਹਿੱਸੇ ਆ ਚੱਲ ਵੀ ਸ਼ਕੀਨਾ ਪਾ ਵੀ ਕਬੱਡੀ ਗੋਲੂ ਸਮੱਦਰ ਜਿਹਾ ਕਰਦਾ ਹੈ ਪਰ ਚੁਸਤੀ ਦਾ ਮਾਲਕ ਵੀ ਖੇਡ ਕਬੱਡੀ ਫੁਰਤੀ ਦਾ ਕੰਪਿਰਨਾ ਝੋਟੇ ਦਾ ਜੀਦਾਰੇ ਦੀ ਕੁਸ਼ਤੀ ਪੱਕਾ ਸਾਹ ਦਾ ਲੰਗੋਟੇ ਦਾ ਲਓ ਦੇਖ ਲੈ ਵੀ 500 ਰੁਪਇਆ ਸ਼ਰਦੇ ਦੀ ਦਫਾ ਲਾਵੇਗਾ 500 ਉਧਰ ਡਬਲ ਟੱਚ ਕੌਰ ਸਿੰਘ ਜੀ ਮਚਾਕੀ ਵਾਲੇ ਆਖਦੇ ਆ ਵੀ ਪੁਆਇੰਟ ਜਿਹੜਾ ਧਾਵੀ ਦਾ ਆਉਂਦਾ ਫਿਰ ਪੀਤਾ ਸਾਡਾ ਵੀਰ ਪਿਪਲੀ ਵਾਲਾ ਆਖਦਾ ਵੀ ਇਹਨੂੰ ਜਫਾ ਲਾਓ ਤੇ 100 ਰੁਪਇਆ ਪ੍ਰਾਪਤ ਕਰੋ ਮੇਰੀ ਵੀਰ ਜਿਹੜਾ ਦੁੱਧ ਵਾਲੇ 500 ਕਰਤਾ ਮੇਰੀ ਵੀਰੋ ਪੀਤਾ ਪਿਪਲੀ ਵਾਲਾ ਆਖਦਾ ਵੀ ਇੰਦਗੜੀਓ ਜੇ ਜਫਾ ਲਾਓਗੇ 500 ਜਿਹੜਾ ਦੋਤੇ ਵਾਲੇ ਨੂੰ ਜਫਾ ਲਾਵੇਗਾ ਉਹਦੇ ਲਈ 500 ਰੁਪਇਆ ਹੋਵੇਗਾ ਤਾਂ ਖੇਡ ਮੈਦਾਨ ਵਿੱਚ ਦੇਖ ਲੈ ਵੀ ਦੋਤੇ ਦਾ ਸੰਦੀਪ ਤੇ ਉਧਰ ਇੰਦਗੜੀਆ ਬਗੀਚਾ 500 ਦੇ ਨੋਟ ਨੂੰ ਟੁੱਟ ਕੇ ਪੈ ਗਿਆ ਮੇਰੀ ਵੀਰੋ ਖੇਡ ਮੈਦਾਨ ਵਿੱਚ ਐਵੇਂ ਨੀ ਵਾਸ਼ਿੰਗ ਮਸ਼ੀਨ ਦੇ ਨਾਲ ਵੱਡੇ ਮਾਣ ਦਿੱਤੇ ਜਾਣੇ ਰੁਪਇਆ ਪੀਤੇ ਵੱਲੋਂ ਹੋਵੇਗਾ ਇਸ ਜਾਫੀ ਦੇ ਲਈ ਇੰਦਗੜੀਏ ਬਗੀਚੇ ਦੇ ਲਈ 500 ਰੁਪਇਆ ਹੋਵੇਗਾ ਪੀਤੇ ਵੱਲੋਂ ਲਓ ਫਿਰ ਮੈਦਾਨ ਵਿੱਚ ਅਗਲਾ ਧਾਵਾ ਚੱਲ ਵੀ ਗੱਭਰੂ ਪਾ ਵੀ ਕਬੱਡੀ ਅਗਲੀ ਦੇਣ ਖੇਡ ਮੈਦਾਨ ਵਿੱਚ ਦੇਖ ਲੈ ਵੀ ਗੋਲੂ ਦੀ ਕਬੱਡੀ ਹੈ ਮੈਂ ਵੀ ਸ਼ਰਰੇ ਲਾਜਫਾ ਨਾਲ ਦਿੰਦਾ ਮਰੋ ਵਾਲੀ ਨੀਤੀ ਅਪਣਾਉਣੀ ਪੈਣੀ ਆ ਇੱਕ ਪਾਸੇ ਕਹਿੰਦੇ ਕੈਨੇਡਾ ਦੀਆਂ ਖੇਡ ਗਰਾਊਂਡਾਂ ਵਿੱਚ ਤਕੜਾ ਖੇਡਿਆ ਇੰਗਲੈਂਡ ਦੀਆਂ ਖੇਡ ਗਰਾਊਂਡਾਂ ਵਿੱਚ ਬੱਲੇ ਬੱਲੇ ਕਰਵਾਈ ਇਸ ਨਾਲ ਜਾਫੀ ਨੇ ਉਹਦੇ ਟੱਗੂ ਰਮਾਣੇ ਵਾਲਾ ਮੈਂ ਵੀ ਇੱਧਰ ਬੰਟੂ ਆਖ ਲਾ 500 ਹੋਵੇਗਾ ਜੇ ਦਫਾ ਲਾਵੇਗਾ 500 ਪਰ ਪੁਆਇੰਟ ਧਾਵੀ ਦਾ ਪੀਤਾ ਨੈਸਲੇ ਡੈਰੀ ਰਾਈਆਂ ਵਾਲਾ ਬਗੀਚੇ ਇੰਦਗੜ ਦਾ ਵੱਡਾ ਮਾਣ ਕਰਦਾ ਪੀਤਾ ਨੈਸਲੇ ਡੈਰੀ ਰਾਈਆਂ ਵਾਲਾ ਵੱਡੇ ਮਾਣ ਕਰਦਾ ਮੇਰੀ ਵੀਰੋ ਬਗੀਚੇ ਇੰਦਗੜ ਦੇ ਉਧਰਲੇ ਪਾਸੇ ਦੋ ਜਫਿਆਂ ਦਾ ਲਗਾਤਾਰ ਦੋ ਜਫਿਆਂ ਦਾ 1500 ਹੋ ਗਿਆ ਜਿਹੜਾ ਵੀ ਜਫਾ ਲਾਊ ਲਗਾਤਾਰ 1500 ਰੁਪਇਆ ਪਾਊ ਉਧਰਲੇ ਪਾਸੇ ਦੇਖ ਲੈ ਵੀ ਬਹੁਤ ਸਾਰੇ ਟਰਾਈ ਆ ਰੂਪਾ ਪਰ ਸੇਵਾ ਸਿੰਘ ਜੀ ਸੇਖੋ ਆਖਦੇ ਪੁਆਇੰਟ ਜਿਹੜਾ ਧਾਵੀ ਦਾ ਅੰਕ ਰੇਟਰ ਦੇ ਹਿੱਸੇ ਬਗੀਚਾ ਉਧਰਲੇ ਪਾਸੇ ਦੇਖ ਲੈ ਵੀ ਗੀਤਾ ਕੋਟ ਕਰੋੜ ਤੇ ਸੇਵਾ ਸਿੰਘ ਸੇਖੋ ਦਾ ਫੈਸਲਾ ਵੀ ਪੁਆਇੰਟ ਰੇਟਰ ਦੇ ਹਿੱਸੇ ਚੱਲ ਵੀ ਗੱਭਰੂ ਪਾ ਵੀ ਕਬੱਡੀ ਖੇਡ ਮੈਦਾਨ ਵਿੱਚ ਦੇਖ ਲੈ ਵੀ ਇਸ ਵੇਲੇ ਨੌਜਵਾਨ ਪਾਈ ਫਿਰ ਆਪਾਂ ਦੇਖ ਲੈ ਵੀ ਇਧਰਲੇ ਪਾਸੇ ਵਧਿਆ ਹੋਇਆ ਨੌਜਵਾਨ ਗੁਰੀ ਦੀ ਕਬੱਡੀ ਆ ਅੱਜ ਇੰਦਗੜ ਦੀ ਟੀਮ ਦੇ ਲਈ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਮੇਰੀ ਵੀਰੋ ਉਧਰ 500 ਰੁਪਇਆ ਬੰਟੂ ਇਸੋ ਪ੍ਰਧਾਨ ਮੋਗੇ ਵੱਲੋਂ ਹੋਵੇਗਾ ਪਰ ਨਹੀਂ ਨਹੀਂ ਪੁਆਇੰਟ ਧਾਵੀ ਦਾ ਅੰਕ ਰੇਡਰ ਦੇ ਹਿੱਸੇ ਆ ਚੱਲ ਵੀ ਜਵਾਨਾ ਪਾ ਵੀ ਕਬੱਡੀ ਧਰਮਿੰਦਰ ਅਗਲੀ ਰੇਡ ਖੇਡ ਮੈਦਾਨ ਦੇ ਅੰਦਰ ਲਓ ਦੇਖ ਲੈ ਵੀ ਅੱਜ ਕਹਿੰਦੇ ਸਤਨਾਮ ਦੀਆਂ ਕਵੀਆਂ ਨੂੰ ਪੂਰਾ ਕਰਦਾ ਹੋਇਆ ਮੇਰੀ ਵੀਰੋ ਸਤਨਾਮ ਤੰਦਰੁਸਤ ਹੁੰਦਾ ਕਹਿੰਦੇ ਨਜ਼ਾਰੇ ਕੁਝ ਵੱਖਰੇ ਹੋਣੇ ਸੀ ਇਸ ਖੇਡ ਗਰਾਊਂਡ ਦੇ ਲਓ ਦੇਖ ਲੈ ਵੀ ਅੱਜ ਵੱਡੀਆਂ ਜ਼ਿੰਮੇਵਾਰੀਆਂ ਕਹਿੰਦੇ ਉਸ ਖਿਡਾਰੀ ਦੀ ਕਮੀ ਨੂੰ ਪੂਰਾ ਕਰਦਾ ਹੋਇਆ ਇਧਰਲੇ ਪਾਸੇ ਨੌਜਵਾਨ ਧਰਮਿੰਦਰ ਲਓ ਵੱਧ ਕਬੱਡੀ ਪਾਉਂਦਾ ਹੋਇਆ ਬਾਬੇ ਨਰ ਸਿੰਘ ਦਾ ਛੋਟਾ ਪੋਤਰਾ ਮੇਰੀ ਵੀਰੋ ਉਧਰਲੇ ਪਾਸੇ ਫਿਰ ਦੇਖ ਲੈ ਵੀ ਮਾਰੀ ਪੱਟ ਨੂੰ ਖਿੱਚ ਗਿੱਲ ਗਿੱਲ ਆਖਦੇ ਮੇਰੀ ਵੀਰੋ ਇਸ ਨੌਜਵਾਨ ਜਾਫੀ ਨੂੰ ਲਓ ਲੱਗਾ ਜ਼ੋਰ ਹੈ ਉਧਰਲੇ ਪਾਸੇ ਪੁਆਇੰਟ ਜਿਹੜਾ ਜਾਫੀ ਦਾ ਅੰਕ ਜਾਫੀ ਦੇ ਹਿੱਸੇ ਆ ਆ ਵੀ ਗੱਭਰੂ ਪਾ ਵੀ ਕਬੱਡੀ ਲਓ ਖੇਡ ਮੈਦਾਨ ਦੇ ਵਿੱਚ ਅਗਲੀ ਰੇਡ ਵੱਧਦਾ ਹੋਇਆ ਨੌਜਵਾਨ ਗੁਰੀ ਲਓ ਗੁਰੀ ਧਲੇਰ ਲਓ ਜ਼ਿਲ੍ਹਾ ਸੰਗਰੂਰ ਦੀ ਧਰਤੀ ਦਾ ਮੇਰੀ ਵੀਰੋ ਵੱਲ ਪਾਈ ਹੀ ਕਬੱਡੀ ਸੰਗਰੂਰ ਦਾ ਏਰੀਆ ਧਲੇਰ ਪਿੰਡ ਹੈ ਕਹਿੰਦੇ ਵੀ ਗੁਰੀ ਨਾਮ ਹੈ ਲਓ ਦੇਖ ਲੈ ਵੀ ਖੇਡ ਮੈਦਾਨ ਵਿੱਚ ਪਾਈ ਹੀ ਕਬੱਡੀ ਆ ਉਧਰਲੇ ਪਾਸੇ ਸੇਵਕ ਡੱਗੂ ਰਮਾਣੇ ਵਾਲਾ ਵੱਲ ਕੋਸ਼ਿਸ਼ ਕਰਦਾ ਹੋਇਆ ਪਰ ਪੁਆਇੰਟ ਧਾਵੀ ਦਾ ਅੰਕ ਰੇਡਰ ਦੇ ਹਿੱਸੇ ਆ ਵੀ ਲੱਗਦੇ ਨਾ ਪਾ ਵੀ ਕਬੱਡੀ ਦੋਦੇ ਵਾਲਾ ਅਗਲੀ ਰੇਡ ਆ ਖੇਡ ਮੈਦਾਨ ਦੇ ਅੰਦਰ ਪਾਈ ਹੋਈ ਕਬੱਡੀ ਥੋੜਾ ਕੱਛਾ ਤਾਂ ਨੂੰ ਕੀਤਾ ਬੰਦਾ ਸ਼ਰੀਰ ਆ ਜਿੱਥੇ ਮੇਰੀ ਵੀਰੇ ਕੈਨੇਡਾ ਦੀ ਧਰਤੀ ਤੇ ਖੇਡਿਆ ਅਲਬਾਤਾ ਦੀਆਂ ਕਹਿੰਦੇ ਵੀ ਸਪੋਰਟਸ ਕਲੱਬਾਂ ਨੇ ਵੱਡੇ ਮਾਣ ਕੀਤੇ ਸਨ ਆਜਣ ਖਿਡਾਰੀ ਦੇ ਲਓ ਖੇਡ ਮੈਦਾਨ ਦੇ ਵਿੱਚ ਪਾਈ ਫਿਰ ਉਧਰਲੇ ਪਾਸੇ ਡਬਲ ਟੱਚ ਦੇ ਪੁਆਇੰਟ ਧਾਵੀ ਦੇ ਹਿੱਸੇ ਆ ਲਓ ਇੱਕ ਪਾਸੇ ਦੋਦੇ ਵਾਲਾ ਸੰਦੀਪ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਚੱਲ ਵੀ ਜਾਣਾ ਪਾ ਵੀ ਕਬੱਡੀ ਗੋਲੂ ਅਗਲਾ ਧਾਵਾ ਖੇਡ ਮੈਦਾਨ ਦੇ ਅੰਦਰ ਗੁੰਡਿਆ ਸ਼ਰੀਰ ਆ ਇੱਕ ਪਾਸੇ ਦੇਖ ਲੈ ਵੀ ਲਿਸ਼ਕਲਾ ਪਿੰਡਾ ਪਾਈ ਹੋਈ ਕਬੱਡੀ ਕਹਿੰਦੇ ਵੀ ਇਧਰਲੇ ਪਾਸੇ ਗੋਲੂ ਗਗੜੇ ਦੀ ਧਰਤੀ ਦਾ ਵੱਧ ਕੇ ਕਬੱਡੀ ਪਾਉਂਦਾ ਉਧਰਲੇ ਪਾਸੇ ਹੁਣ ਚਾਰ ਜਾਫੀ ਵਿੱਕੀ ਹਰੀ ਕੇ ਕਲਾਂ ਦੀ ਧਰਤੀ ਦਾ ਸੇਵਕ ਨਾਲ ਮੈਂ ਦੇਖ ਲੈ ਵੀ ਡੱਗੂ ਰਮਾਣੇ ਵਾਲਾ ਲਓ ਕਹਿੰਦੇ ਸ਼ਰਨਾ ਉਧਰ 500 ਦਾ ਜਫਾ ਹੋਵੇਗਾ ਜੇ ਲੱਗ ਗਿਆ ਪਰ ਪੁਆਇੰਟ ਪੁਆਇੰਟ ਧਾਵੀ ਦਾ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਆ
ਲਾ ਹੁਣ ਦੇਖ ਲੈ ਵੀ ਅਗਲੀ ਵੇੜ ਖੇਡ ਮੈਦਾਨ ਦੇ ਅੰਦਰ ਨਾਲ ਗੱਲ ਫਾਈਨਲ ਮੁਕਾਬਲਾ ਮੇਰੀ ਵੀਰੋ ਦੂਸਰਾ ਸ਼ਾਨਦਾਰ ਕਬੱਡੀ ਖੇਡ ਮੇਲਾ ਆਪਾਂ ਦੇਖ ਰਹੇ ਹਾਂ ਸੰਤ ਬਾਬਾ ਕਾਨਪੀਰ ਯਾਦਗਾਰੀ ਕਬੱਡੀ ਖੇਡ ਮੇਲੇ ਦੀ ਰੌਣਕਾਂ ਆਪਣੇ ਅੰਤਮ ਪਲਾਂ ਨੂੰ ਛੂਹਣ ਜਾ ਰਹੀਆਂ ਕੁਝ ਕੁ ਪਲ ਬਾਕੀ ਨੇ ਅੱਜ ਦੇ ਇਸ ਦੂਸਰਾ ਸ਼ਾਨਦਾਰ ਕਬੱਡੀ ਖੇਡ ਮੇਲੇ ਦੇ ਕੁਝ ਪਲ ਬਾਕੀ ਆ ਔਰ ਥੋੜੇ ਸਮੇਂ ਦੇ ਵਿੱਚ ਅਮਿਤ ਯਾਦਾਂ ਛੱਡਣ ਦੇ ਲਈ ਬਿਲਕੁਲ ਤਿਆਰ ਲਓ ਦੇਖ ਲੈ ਵੀ ਇੱਕ ਪਾਸੇ ਬਗੀਚਾ ਐਂਡ ਕਰਦਾ ਬਾਅਦ ਟਰਾਈ ਕਰਦਾ ਪਰ ਪੁਆਇੰਟ ਧਰਮਿੰਦਰ ਡੱਗੂਰ ਮਾਣੀ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਚੱਲ ਵੀ ਗੁਰੀ ਧਲੇਰ ਵਾਲਿਆ ਪਾ ਵੀ ਕਬੱਡੀ ਨਾਲ ਦਿਨ ਇੱਕ ਪਾਸੇ ਧਲੇਰ ਦੀ ਧਰਤੀ ਆ ਸੰਗਰੂਰ ਦਾ ਲਓ ਕਹਿੰਦੇ ਵੀ ਗੁਰੀ ਨਾ ਉਧਰਲੇ ਪਾਸੇ ਵੱਧ ਪਾਈ ਹੋਈ ਕਬੱਡੀ ਕਿ ਪੂਰਾ ਨਾਂ ਕਹਿੰਦੇ ਗੁਰੀ ਜੱਟ ਦਾ ਹੱਥ ਲਾ ਕੇ ਪਾਲੇ ਵੱਲ ਜਾਂਦਾ ਧੂੜਾ ਪੜਦਾ ਪੂਰਾ ਨਾਂ ਕਹਿੰਦੇ ਗੁਰੀ ਜੱਟ ਦਾ ਹੱਥ ਲਾ ਕੇ ਪਾਲੇ ਵੱਲ ਜਾਂਦਾ ਧੂੜਾ ਪੜਦਾ ਉਧਰਲੇ ਪਾਸੇ ਫੇਰ ਦੇਖ ਲੈ ਵੀ ਉੜਦੀ ਹੋਈ ਤੂੜਾ ਇੱਕ ਪਾਸੇ ਕਹਿੰਦੇ ਹਰੀਕੇ ਕਲਾਂ ਵਾਲੇ ਨੇ ਕੀਤੀ ਹੋਈ ਟਰਾਈ ਆ ਲਓ ਨਾਲ ਹੀ ਦੇਖ ਲੈ ਲੱਗਾ ਜ਼ੋਰ ਹੈ ਉਧਰਲੇ ਪਾਸੇ ਗੁਰੀ ਧਲੇਰ ਹੋ ਗਈ ਮੇਰੇ ਮਿੱਤਰੋ ਪੁਆਇੰਟ ਧਾਵੀ ਦਾ ਅੰਕ ਰੇਟਰ ਦਾ ਅੰਕ ਧਾਵੀ ਦਾ ਮੈਚ ਨਿਬੜ ਗਿਆ ਜਾਂ ਰੇਡਾਂ ਪੈਣਗੀਆਂ ਰੇਡਾਂ ਪਾਓ ਰੇਡਾਂ ਪੈਂਦੀਆਂ ਚੱਲ ਵੀ ਗੱਭਰੂ ਪਾ ਵੀ ਕਬੱਡੀ ਇਸ ਵੇਲੇ ਦੋਡੇ ਦਾ ਸੰਦੀਪ ਅਗਲੀ ਕਬੱਡੀ ਪਾਉਣ ਦੇ ਲਈ ਬਿਲਕੁਲ ਤਿਆਰ ਕਿਉਂਕਿ ਅੱਜ ਬੈਸਟ ਰੇਟਰ ਜਾਫੀ ਨੂੰ ਐਲ ਸੀ ਡੀਆਂ ਦਿੱਤੀਆਂ ਜਾਣਗੀਆਂ ਮੇਰੀ ਵੀਰੋ ਖੇਡ ਮੈਦਾਨ ਦੇ ਅੰਦਰ ਜਿੱਥੇ ਅੱਜ 51,000 ਰੁਪਇਆ ਫਸਟ ਇਨਾਮ ਤੇ ਸੈਕਿੰਡ 31,000 ਰੁਪਇਆ ਹੋਵੇਗਾ ਉੱਥੇ ਬੈਸਟ ਰੇਟਰ ਤੇ ਜਾਫੀ ਦੇ ਲਈ ਐਲ ਸੀ ਡੀਆਂ ਦੇ ਨਾਲ ਵੱਡੇ ਮਾਨ ਸਨਮਾਨ ਦਿੱਤੇ ਜਾਣਗੇ ਦੋਡੇ ਦੇ ਸੰਦੀਪ ਦੀ ਕਬੱਡੀ ਆ ਉਧਰਲੇ ਪਾਸੇ ਦੇਖ ਲੈ ਵੀ ਬਹੁਤ ਸਮੇਂ ਟਰਾਈ ਕੀਤੀ ਨਾਲ ਦਿੰਦੇ ਪਰ ਪੁਆਇੰਟ ਜਿਹੜਾ ਧਾਵੀ ਦਾ ਦੋਡੇ ਵਾਲਾ ਸੰਦੀਪ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਚੱਲ ਵੀ ਗੋਲੂ ਪਾ ਵੀ ਕਬੱਡੀ ਅੱਜ ਦੇਖ ਲੈ ਵੀ ਕਿਹੜੇ ਖਿਡਾਰੀ ਨੇ ਮੇਰੀ ਵੀਰੋ ਰੇਟਰਾਂ ਦੇ ਵਿੱਚ ਇਸ ਟੂਰਨਾਮੈਂਟ ਦਾ ਹੀਰੋ ਬਣਨਾ ਜਾਫੀਆਂ ਕਿਹੜੇ ਜਾਫੀ ਨੇ ਅੱਜ ਦੇ ਟੂਰਨਾਮੈਂਟ ਦਾ ਹੀਰੋ ਬਣਨਾ ਪੀਤਾ ਨੈਸਲੇ ਤੇ ਜਾਣਾ ਗਿੱਲ ਵੱਡੇ ਮਾਨ ਜਿਹੜੇ ਕਰਦੇ ਨੇ ਬਗੀਚੇ ਇੰਦਗੜ ਦੇ ਵੱਡਾ ਧੰਨਵਾਦ ਆ ਪੀਤਾ ਨੈਸਲੇ ਤੇ ਜਾਣਾ ਗਿੱਲ ਸਾਡਾ ਵੀਰ ਵੱਡੇ ਮਾਨ ਜਿਹੜੇ ਬਗੀਚੇ ਇੰਦਗੜ ਦੇ ਲਈ ਕਰਦੇ ਨੇ ਉੱਥੇ 3100 ਰੁਪਇਆ ਜੂੜੀ ਵੱਲੋਂ 200 ਰੁਪਇਆ ਗੋਲੂ ਦੇ ਲਈ ਮਾਨ ਸਨਮਾਨ ਗੋਲੂ ਦੇ ਲਈ ਜੂੜੀ ਵੱਲੋਂ 200 ਰੁਪਇਆ ਵੱਡਾ ਮਾਨ ਸੋ ਬਹੁਤ ਧੰਨਵਾਦ ਆ ਅਗਲੇ ਸਾਲ ਜਾਣੇ ਗਿੱਲ ਵੱਲੋਂ 3100 ਰੁਪਏ ਜਿਹੜਾ ਸਪੈਸ਼ਲ ਇਹਨਾਂ ਸਹਿਯੋਗ ਦਿੱਤਾ ਜਾਣਾ ਬੈਸਟ ਰੇਡਰ ਅੱਜ ਦੇ ਦਿਨ ਦਾ ਗੁਰੀ ਧਲੇਰ ਜ਼ੋਰਦਾਰ ਤਾੜੀਆਂ ਮਾਰ ਦਿਓ ਜੀ ਤੇ ਬੈਸਟ ਜਾਫੀ ਆ ਇੰਦਗੜ ਦਾ ਗਿੱਲ ਜ਼ੋਰਦਾਰ ਤਾੜੀਆਂ ਦੋਨੋਂ ਖਿਡਾਰੀਆਂ ਦੇ ਲਈ ਗੁਰੀ ਧਲੇਰ ਬੈਸਟ ਰੇਡਰ ਔਰ ਬੈਸਟ ਜਾਫੀ ਗਿੱਲ ਇੰਦਗੜ ਉਹਨਾਂ ਨੂੰ ਅੱਜ ਵਾਸ਼ਿੰਗ ਸੌਰੀ ਐਲ ਸੀ ਡੀ ਐਨ ਦੇ ਨਾਲ ਜਿਹੜੇ ਮਾਨ ਸਨਮਾਨ ਦਿੱਤੇ ਜਾਣਗੇ ਅਗਲੇ ਸਾਲ ਬਗੀਚੇ ਇੰਦਗੜ ਨੂੰ ਵਾਸ਼ਿੰਗ ਮਸ਼ੀਨ ਦੇ ਕੇ ਇਸੇ ਟੂਰਨਾਮੈਂਟ ਤੋਂ ਵੱਡੇ ਮਾਨ ਸਨਮਾਨ ਦਿੱਤੇ ਜਾਣਗੇ ਦੋਨਾਂ ਟੀਮਾਂ ਨੂੰ ਮੁਬਾਰਕਬਾਦ ਆ